ਅਸਲਾਮ ਵਾਲੇਕੁਮ ਰਹਿਮਤੁਲਾਹੀ ਵਬਰਕਾਤੁਲਾ ਦੇ ਘਰਾਂ ਫਸਣਾ ਬੱਚਿਆਂ ਬਜ਼ੁਰਗਾਂ ਭੈਣਾਂ ਅਤੇ ਭਰਾਵਾਂ ਦੀ ਦੁਆਵਾਂ ਦੇ ਨਾਲ ਅਮੀਰ ਹਮਜ਼ਾ ਲੰਘ ਰਿਹਾ ਥਾ ਅਤੇ ਆਮਸ਼ ਨੇ ਮੈਨੂੰ ਆਣ ਕੇ ਦੱਸਿਆ ਜ਼ੈਨ ਅਤੇ ਕਬੂਤਰਾਂ 'ਤੇ ਲੱਗਣ ਦੀਆਂ ਮੋਹਰਾਂ। ਮੈਂ ਕਿਹੜੀਆਂ ਮੋਹਰਾਂ ਲੱਗ ਜਾਣੀਆਂ, ਕਿਤੇ ਵੋਟ 'ਤੇ ਨਹੀਂ ਪਵਾਉਣ ਲੱਗ ਪਿਆ ਕਬੂਤਰਾਂ? ਨਹੀਂ ਭਾਈ ਹਮਜ਼ਾ ਜੀ, ਕੱਲ੍ਹ 6 ਵਜੇ ਟਾਈਮ ਟਾਈਮ ਆਈ, ਛੇ ਵਜੇ ਬਾਜ਼ੀ ਉੱਡਣੀ ਜੀ। ਸਵੇਰੇ ਉੱਡਣੀ? ਹਾਂਜੀ 6 ਵਜੇ। ਵਾਹ ਵਾਹ, ਟਾਈਮ ਹੀ ਫਿਰ ਮੁੱਕ ਗਿਆ ਮਾਨਾ, ਅਤੇ ਮੋਹਰਾਂ ਦਾ ਕੀ ਹਿਸਾਬ ਦਾ? ਉਹ ਭਾਈ ਹਮਜ਼ਾ ਜੀ ਬਹਾਨਾ ਵਾ, ਚਲੋ ਚਲੋ ਜੀ ਮੋਹਰਾਂ ਵੇਖ ਲੈਣਾ ਕਿਸੇ ਜੀ ਮੋਹਰਾਂ ਲਾਉਂਦੇ। ਮੈਂ ਉਂਝ ਕਦੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਣ ਲੱਗਾ ਮੋਹਰਾਂ ਲੱਗਦੀਆਂ। ਪਹਿਲਾਂ ਉਂਝ ਪਹਿਲਾਂ ਵੀ ਨਾ ਜੀ ਬਾਜ਼ੀ ਉੱਡੀਆਂ ਮੈਂ, ਪਰ ਮੈਂ ਵੇਂਦਾ ਨਾ ਹਾਂ। ਬਸ ਹਾਂਜੀ ਕੋਲ ਲੰਘਣੇ ਹਾਂ ਤਾਂ ਉੱਤੇ ਕਬੂਤਰ ਉੱਡਦੇ ਹੁੰਦੇ ਨਾ ਵੀ ਥੱਲੇ ਬਹਿ ਕੇ ਮੂੰਹ ਤਾਂ ਚੁੱਕੇ ਹੁੰਦੇ ਹਨ ਅਤੇ ਬਹਿ ਰਹੇ ਨੇ ਹਡੀਕ ਦਿੰਦੇ ਸਾਰੀ ਦਿਹਾੜੀ, ਅਤੇ ਬੜਾ ਮਜ਼ਾ ਆਉਣਾ। ਅੱਜ ਦਾ ਬਲੋਗ ਦੇਣਾ ਪੂਰਾ ਵੇਖਣਾ, ਸਕਿਪ ਨਹੀਂ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਬੈਲ ਆਇਕਨ ਨਾਲ ਜ਼ਰੂਰ ਦਬਾਣਾ। ਸੋ ਲੈਟਸ ਗੋ, ਬਿਨਾਂ ਟਾਈਮ ਵੇਸਟ ਕੀਤੇ ਫਿਰ ਤੁਸੀਂ ਵੇਖ ਲਓ ਸੁਬਾਹ ਬਾਜ਼ੀ ਵੀ ਉੱਡਦੀ ਵੇਖ ਲਓ। ਮੋਰ ਕਿੱਥੇ ਲੱਗੇ? ਮੋਰ ਦਾ ਮੋਰ ਵਾ ਯਾਰ, ਧਿਆਨ ਕਿੱਥੇ ਲੱਗੇ ਭਾਈ? ਹਮਦਾ ਜੀ ਇਹ ਜੇ ਮੋਰ ਲੱਭਦਾ ਧਿਆਨ, ਆਹੋ ਲੱਭੀ ਆ ਥੋੜੀ ਥੋੜੀ ਆ। ਕਾਹਦੀ ਮੋਰ ਲਾਉਂਦੇ ਨੇ? ਇਹ ਭਾਈ ਹਮਦਾ ਜੀ ਮੋਰ ਹੁੰਦੀ ਹੈ ਨਾ ਇੱਕ, ਕਬੂਤਰਾਂ ਸ਼ਬੂਤਰਾਂ ਦੀ। ਹਾਂਜੀ ਜਿਹਦੇ ਨਾਲ ਬਾਜ਼ੀ ਲੱਗੀ ਹੁੰਦੀ ਹੈ। ਹਾਂਜੀ ਗੁੱਡ ਹੋ ਗਿਆ ਭਾਈ। ਕਿੰਨੀਆਂ ਕਬੂਤਰਾਂ ਨੂੰ ਲੱਗੀ ਹੈ ਮੋਰ? 97 ਸਾਰੀ ਵਹਾ ਫਿਰ? ਨਹੀਂ ਭਾਈ ਹਮਦਾ ਜੀ ਹੁਣ ਸ਼ਾਮ ਪਈ ਹੈ ਨਾ, ਹਾਂ ਤੇ ਹੁਣ ਇਹਨਾਂ ਨੂੰ ਨੀਂਦ ਸ਼ੀਦੇ ਪੂਰੇ ਨੂੰ ਸੇਜ ਉਡਾਂਗੇ ਨਾ, ਸਾਰਿਆਂ ਦੇ ਨਾਂ ਦੱਸਾਂਗੇ, ਸੱਤੇ ਸੱਤੇ ਵਹਾਵਾਂਗੇ ਹੁਣ। ਹੁਣ ਸਾਹ ਲੈ ਲੈਣਾ, ਸਵੇਰੇ ਉੱਡਣਾ ਵੀ ਇਹਨਾਂ। ਚੱਲ ਇਹਨਾਂ ਨੂੰ ਸਵਾਹ ਫਿਰ ਜਲਦੀ, ਲੋਹੜੀ ਸੁਣਾ ਇਹਨਾਂ ਨੂੰ। ਚੱਲ ਫਿਰ ਕਰਦੇ ਪਹਿਲਾਂ ਬੰਦ, ਚੰਗੀ ਲੋਹੜੀ ਸਵਾਣ ਰਾਣਾ ਪਿਆ ਆਪੇ ਫਿਰ ਸਵੇਰੇ ਮਿਲਾ ਗਏ। ਹੁਣ ਜ਼ੈਨ ਪਤਾ ਨੀ ਕੀ ਪਰਾਂ ਦਾ ਰਾਤ ਵੇਲੇ ਕਬੂਤਰਾਂ ਦੇ ਨਾਂ ਲਿਖੀ ਦੇਣੇ, ਮਿੰਟ ਤੇ ਇੱਥੇ ਘੰਟੇ ਟੋਟਲ ਟਾਈਮ ਹੁੰਦਾ ਨਾ ਉਹ ਲਿਖੀ ਦਾ। ਹਾਂਜੀ ਐਵਰੇਜ, ਇੱਥੇ ਕਬੂਤਰਾਂ ਦੇ ਨਾਂ, ਇੱਥੇ ਮਿੰਟ, ਇੱਥੇ ਘੰਟੇ। ਗੁੱਡ ਹੋ ਗਿਆ, ਥੱਲੇ ਕੀ ਲਿਖਿਆ ਕਬੂਤਰ ਨਾਂ ਨੇ? ਪਰ ਆਹੋ ਇਹ ਕੇ ਕਬੂਤਰ ਜਨਾ, ਕਬੂਤਰ ਜਬ ਕਬੂਤਰ ਕਿਹਦਾ ਬਹਿਗਾ, ਸੂਰਜ ਚੜ ਗਿਆ ਤੇ ਕਬੂਤਰ ਜਾਣਾ ਹੋਣ ਲੱਗੇ ਜੇ ਡਾਂ, ਤੇ ਵੇਖਣੇ ਆ ਕਿਹੜੇ ਕਿਹੜੇ ਡਾਂਦੇ ਨੇ ਤੇ ਕੀ ਨਾਂ ਹੈ ਉਹਨਾਂ ਦਾ। ਅੰਦਰ ਵਾਲੇ ਨੇ ਗਏ ਕਾਲੇ ਪੱਥਰ ਵਾਲੀ ਤੇ ਟੈਡੀ, ਦੋ ਹੋਣ ਗਏ ਜੀ। ਮੋਟੇ ਜੀ ਕਬੂਤਰੀ ਤੇ ਮੋਟਾ ਓਡੀਓ ਜਵਾਨਾ, ਆਹ ਲਾ ਇਹ ਕਿਹੜਾ। ਲਓ ਜੀ ਬਿਸਮਿਲਾ ਪੜ੍ਹ ਕੇ ਜ਼ੈਨ ਦੇ ਮਾਮੂ ਜੈਨ ਕਬੂਤਰ ਡਾ ਦਿੱਤੇ ਜੇ, ਅਤੇ ਜ਼ੈਨ ਆਪਣੀ ਮਸਜਿਦ 'ਚ ਜੇ ਸਬਕ ਸੁਬਹ ਪੜ੍ਹਨ ਦੇ ਨੇ। ਉਹਨੇ ਕਿਤੇ ਆਉਣਾ 6:30 ਅਤੇ 6 ਵਜੇ ਕਬੂਤਰ ਡਾਈ ਜਾਂਦੇ ਨੇ। ਹੁਣ ਵੇਖੋ ਜੋ ਵੀ ਹਿਸਾਬ ਕਿਤਾਬ ਹੁੰਦਾ। ਉਹ ਕਿੱਥੇ ਉੱਡ ਵੀ ਗਏ ਨੇ ਕਬੂਤਰ, ਉੱਡਣ ਦੇ ਨੇ ਸਮਾਨੀ ਖੁੱਭ ਗਏ ਨੇ ਅਤੇ ਕੋਈ ਨਹੀਂ ਲੱਭਣ ਰਿਹਾ ਹੀ ਹੈ। ਅਤੇ ਮੇਰੀ ਤਾਂ ਦੁਆ ਹੈ ਕਿ ਰਾਤ ਨੂੰ ਹੀ ਬਹਿਣ, ਜਦੋਂ ਅਫਤਾਰੀ ਤੋਂ ਵੀ ਬਾਅਦ ਬਹਿਣ, 8 ਵਜੇ ਦਾ ਟਾਈਮ ਹੈ। ਹਾਂਜੀ ਅਤੇ 6 ਵਜੇ ਡਾਈਨ, 8 ਵਜੇ ਦਾ ਟਾਈਮ ਹੈ ਅਤੇ ਆ ਬਾਈ ਹੋਣੀ ਜਾਣੇ ਧਿਆਨ ਦੀ ਉਹ ਰੱਖਣਗੇ ਕਦੋਂ ਕਬੂਤਰ ਜਿਹੜਾ ਬਹਿੰਦੇ ਨੇ, ਜੋ ਵੀ ਟਾਈਮ ਟੂਮ ਇਹਨਾਂ ਲਿਖਣਾ, ਸਾਰੀ ਇਨਫੋਰਮੇਸ਼ਨ ਉੱਥੇ ਪਹੁੰਚਾਉਣੀ ਜਿਹੜਾ ਮੇਨ ਬੰਦਾ ਇਹਨਾਂ ਦਾ। ਅਤੇ ਜਿਹੜਾ ਕਿੰਨੀਆਂ ਟੀਮਾਂ ਰਲੀਆਂ ਭਲਾ ਵਿੱਚ? 12 ਟੀਮਾਂ। 12 ਟੀਮਾਂ ਨੇ ਅਤੇ ਕਿਹੜੇ ਕਿਹੜੇ ਪਿੰਡ ਦੀਆਂ ਨੇ ਭਲਾ? ਬਜ਼ੁਰਗਾਂ ਦੀ ਬਾਦਵਾ ਲੱਗ ਜਾਂਦੀਆਂ ਹੁੰਦੀਆਂ, ਬਜ਼ੁਰਗ ਇੱਥੇ ਬੈਠੇ ਨੇ, ਬੇਈਮਾਨੀ ਹੁੰਦੀ ਕੁਛ ਇਹਦੇ ਵਿੱਚ ਕਿ ਨਹੀਂ? ਕਈ ਘਰ ਛੱਡਦੇ ਨੇ ਬੇਈਮਾਨੀ, ਕਈ ਫਿਰ ਕੇਸ ਟਾਈਪ ਦੀ ਬੇਈਮਾਨੀ ਹੁੰਦੀ ਹੈ ਮਸਲਾ, ਕਈ ਟਾਈਮ ਵੱਧ ਲੈ ਛੱਡਦੇ ਨੇ ਜਾਣ ਕੇ, ਜਾਣ ਕੇ ਕਈ ਕਬੂਤਰ
ਬਾਹਰੋਂ ਛੱਡ ਦਿੰਦੇ ਨੇ ਬਾਹਰੋਂ ਕੋਈ ਛੱਡ ਹਰ ਦਿਨ ਗਾਈਏ ਕੋਠੇ ਦੇ ਰੌਲਾ ਪੈਂਦਾ ਵੀ ਛੱਤ ਪੈਂਦੀ ਨਹੀਂ ਪੈਂਦੀ ਫਿਰ ਹੁਣ ਸਭ ਨੇ ਰੌਲਾ ਪਾਉਣਾ ਹੁੰਦਾ ਕਿ ਇਹ ਛੱਤ ਨਹੀਂ ਪੈਂਦੀ ਕਿਹੜੀ ਛੱਤ ਪੈਂਦੀ ਨਹੀਂ ਪੈਂਦੀ ਹੁਣ ਇਹਨਾਂ ਨੇ ਇਹ ਰੱਖੀ ਆਹੋ ਇਹਨਾਂ ਦੇ ਦਸ ਰਿਹਾ ਦੁਆਲੇ ਦੁਆਲੇ ਇਹ ਨਾਲ ਦੀਆਂ ਨਹੀਂ ਗੁੱਡ ਹੋ ਗਿਆ ਅਤੇ ਫਿਰ ਅਸੀਂ ਤਾਂ ਝਾੜੀ ਜਿਹਾ ਚੰਗੀ ਖਿਦਮਤ ਕਰਾਂਗੇ ਜ਼ਰਾ ਟਾਈਮ ਵੱਧ ਲੈ ਛੜੇ ਟਾਈਮ ਵੱਧ ਤਾਂ ਨਹੀਂ ਮੈਂ ਸ਼ੁਕਰ ਲੱਗਾ ਜਾਣ ਕੇ ਜਿਹੜਾ ਟਾਈਮ ਹੋਏਗਾ ਉਹ ਵੀ ਲੈਣਾ ਬੇਈਮਾਨੀ ਕੋਈ ਨਹੀਂ ਚੱਲਣੀ ਅਤੇ ਬੇਈਮਾਨੀ ਕਰਕੇ ਜਿੱਤੇ ਤਾਂ ਕੀ ਜਿੱਤੇ ਇਨਸ਼ਾਅੱਲਾ ਜੇ ਨਾ ਇਮਾਨਦਾਰੀ ਨਾਲ ਜਿੱਤਾਂਗੇ ਇਮਾਨਦਾਰੀ ਨਾਲ ਬੇਈਮਾਨੀ ਕਰਾਂਗੇ ਉਹ ਡਾਇਲੋਗ ਸੁਣਿਆ ਹੋਣਾ ਇਮਾਨਦਾਰੀ ਨਾਲ ਬੇਈਮਾਨੀ ਕਰਾਂਗੇ ਆਉਂਦੇ ਫਿਰ ਅੱਧੇ ਘੰਟੇ ਬਾਅਦ ਜਾਣਾ ਛੱਤ ਆ ਜਾਣਾ ਤਾਂ ਕਰਨਾ ਅਤੇ ਸੱਤ ਕਬੂਤਰ ਬਾਹਰ ਹੋਣੇ ਨੇ ਅਤੇ 6 ਜੇ ਉੱਥੇ ਅਤੇ ਇੱਕ ਹੋਰ ਜਿਹੜਾ ਸੱਤ ਕਬੂਤਰ ਹੋਣ ਲੱਗੇ ਬਾਹਰ ਕੱਢਣਗੇ ਘੰਟਾ ਹੋਇਆ ਘੰਟੇ ਬਾਅਦ ਤੂੰ ਆਇਆ ਮੈਂ ਤੇਰੇ ਕਬੂਤਰ ਨੂੰ ਫੂਕਾਂ ਮਾਰ ਮਾਰ ਕੇ ਡਾਣ ਦਿਆਂ ਤਾਂ ਨੂੰ ਕਿ ਤਾਂ ਜਾਂ ਥੱਲੇ ਨਾਲ ਮੈਂ ਤੁਹਾਨੂੰ ਬਾਬਾ ਝੜੀ ਪੂਰੀ ਫੱਕਾਂ ਮਾਰਨ ਡੇ ਇਹਦੇ ਵਿੱਚ ਕੀ ਕੱਢਣ ਲੱਗਾ ਮੱਟੀ ਚੋਂ ਲੁਕਾ ਕੇ ਰੱਖੇ ਨੇ ਦਬਾਮ ਮੈਂ ਰੋਜ਼ਾ ਨਾ ਹੁੰਦਾ ਤੇ ਮੈਂ ਖਾਣੇ ਸਾਰੇ ਤਾਲਾ ਵਾਹ ਗੁੱਡ ਹੋਇਆ ਕੰਮ ਚੁੱਕ ਰੱਖ ਬਦਾਮ ਖਾਣਾ ਕਬੂਤਰਾਂ ਨੂੰ ਆਪੇ ਖਾਣ ਨੂੰ ਲੱਭਦੇ ਨੀ ਕਬੂਤਰਾਂ ਨੂੰ ਖਵਾ ਬਦਾਮ ਇੱਕ ਇਹ ਕਿਹਦਾ ਕਬੂਤਰ ਪਾਉਣ ਡਿਆ ਵੇਖ ਲਈ ਪੱਕੀ ਪਹਿਚਾਣ ਹੀ ਨਾ ਲੋਹੇ ਤੇ ਲਕੀਰ ਕਿ ਲੱਕੜੀ ਤੇ ਲਕੀਰ ਵੇਖ ਲਈ ਆਹੋ ਕੀ ਪਤਾ ਮੇਲੇ ਚ ਵਿਛੜਿਆ ਵਾਪਸ ਆਈ ਹਾਂ ਚੱਲ ਆਪੇ ਵੇਖ ਲੈਣੇ ਕਿੱਥੇ ਗਈ ਆ ਬਹਿਗਾ ਤੇ ਕਬੂਤਰ ਕਬੂਤਰੀ ਪਤਾ ਚੱਲ ਗਈ ਕਿ ਨਹੀਂ ਹੁਣ ਕੀ ਲੱਗ ਚਲੋ ਆਪੇ ਬਹਿੰਦਾ ਤੇ ਫਿਰ ਲੱਗ ਜਾਂਦਾ ਦਵਾ ਘਰ ਵਾਲਾ ਹੀ ਹੋਏ ਤੇਰੀ ਮੌਜ ਲੱਗ ਜਾਣੀ ਰਹਿਣ ਫਿਰ ਪਾਲਟੀ ਤੋਂ ਬਣਦੀ ਹੈ ਅੱਛਾ ਜੀ ਜ਼ੈਨ ਦਾ ਇੱਕ ਕਬੂਤਰ ਆ ਗਿਆ ਜੇ ਜ਼ੈਨ ਸਾਹਿਬ ਕਬੂਤਰ ਹੈ ਕਿ ਕਬੂਤਰੀ ਕਬੂਤਰੀ ਇਹ ਕਿਉਂ ਆ ਗਈ ਹੈ ਕਿੰਨੀ ਦੇਰ ਦੀ ਉੱਡਣ ਦੀ ਹੈ ਇੱਥੇ ਇੱਥੇ ਤਕਰੀਬਨ ਟਾਈਮ ਹੋ ਗਿਆ ਜੇ ਨੂੰ ਹਿਮਾਚਲ ਜੇ ਤੇ ਘੰਟਾ ਇੱਥੇ ਉੱਡੀ ਜਾਂਦੀ ਭੁਈ ਜਾਂਦੀ ਵੇਖੋ ਜੋ ਵੀ ਮਾਮਲਾ ਹੁੰਦੇ ਨੇ ਮੈਂ ਤੇ ਫੂਕਾਂ ਮਾਰਨ ਡਿਆ ਮੈਂ ਥੱਲੋਂ ਵਿਆਹ ਕੇ ਤਾਂ ਹੁਣ ਜਾ ਨਹੀਂ ਜਾਏਗੀ ਜ਼ਰੂਰ ਇੱਕ ਅੱਧੀ ਵੜੀ ਅੱਛਾ ਜੀ ਬਹਿ ਬਹਿ ਕੇ ਨਾ ਮੈਨੂੰ ਆ ਲਾ ਪਈ ਨੀਂਦਰ ਤੇ ਜ਼ੈਨ ਦੀਆਂ ਪੂੜੀਆਂ ਖੱਟ ਗਈਆਂ ਨੇ ਤਾਂ ਕਬੂਤਰਾਂ ਵੱਲੋਂ ਤੇ ਇਹਦਾ ਕੀ ਕਰਨੀ ਆ ਜਿਹੜੀ ਆਈ ਹੈ ਨਹੀਂ ਬੈਂਜੀ ਨੇ ਏਡੀ ਛੇਤੀ ਇਹ ਇਕੱਲੀ ਹੋਈ ਆ ਗਈ ਵਿਚਾਰੀ ਬਾਕੀ ਆਉਂਦਾ ਛੱਡ ਆਈ ਹੈ ਇਹਦਾ ਨਾਂ ਕੀ ਹੈ ਜਿਹੜੀ ਹੈ ਇਹਦਾ ਨਾਂ ਕਬੂਤਰ ਮੋਟੇ ਦੀ ਕਬੂਤਰੀ ਹੈ ਮੋਟੇ ਦੀ ਕਬੂਤਰੀ ਹੈ ਕਬੂਤਰ ਵੀ ਮੋਟੇ ਦਾ ਹਾਂਜੀ ਦੋ ਨੇ ਮੋਟੇ ਕਬੂਤਰ ਹੈ ਉਹਨੂੰ ਛੱਡ ਆਈ ਇਕੱਲੀ ਉਹਨੂੰ ਛੱਡ ਆਈ ਆਪੀ ਆ ਗਈ ਹੈ ਬੇਫਾ ਨਿਕਲੀ ਧੋਖੇਬਾਜ਼ ਨਿਕਲੀ ਭਈਆ ਹਾਂਜੀ ਕਬੂਤਰੀ ਬੇਫਾ ਜਾਏਗੀ ਨਹੀਂ ਜ਼ੈਨ ਤਾਂ ਜਾਏਗੀ ਨਹੀਂ ਹੁਣ ਨਹੀਂ ਜਾਏਗੀ ਜ਼ਰੂਰ ਲੋ ਜੀ ਫੂਕਾਂ ਤੇ ਬਾਬਾ ਜੀ ਵਿਆਹ ਕਰਾਉਂਦੇ ਨੇ ਦੁਆ ਕੇ ਤਾਂ ਜਾਏ ਵੇਖੋ ਹੁਣ ਜ਼ੈਨ ਸਾਹਿਬ ਕੀ ਕਰਦੀ ਹੈ ਤੁਹਾਡੀ ਬਕੂਤੜੀ ਮੋਟੀ ਆਈ ਵੀ ਉੱਡਣ ਦੀ ਟਾਈਮ ਤਕਰੀਬਨ 9:49 ਹੋ ਗਏ ਨੇ 39 ਹੋ ਗਏ ਅਮਰ ਸਾਹਿਬ ਵੀ ਆ ਗਏ ਜੀ ਅਤੇ ਘੋੜਾ ਹੈ ਢਿੱਲੇ ਪਰਾਂ ਲੱਭ ਤੂੰ ਉਹੀ ਤੁਰ ਗਿਆ ਤਾਂ ਨੂੰ ਕਬੂਤਰ ਵੇਖ ਰਹੇ ਨੇ ਪੂਰੇ ਭਾਣ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੂੰ ਕਿੱਥੇ ਬਈ ਮੈਂ ਵੀ ਵੇਖਣ ਆਇਆ ਵਾਂ ਤੂੰ ਵੇਖਣਾ ਘਰੋਂ ਨਹੀਂ ਲੱਭਦੇ ਪਏ ਬਹਿ ਕੇ ਨਹੀਂ ਘਰੋਂ ਨਹੀਂ ਲੱਭਦੇ ਪਏ ਘਰੋਂ ਨਹੀਂ ਲੱਭਦੇ ਪਏ ਚੱਲ ਤੁਰ ਜਾ ਕਿਹੜੀ ਵਾਂ ਵਾਂ ਆਏ ਤੂੰ ਤੁਰ ਜਾ ਓਏ ਇਹਨੂੰ ਸਫਾ ਨਾ ਫਾਰ ਖਰਾਬ ਹੋ ਜਾਣੀ ਕੰਮ
10 ਵੱਜ ਗਏ ਨੇ ਤੇ ਜ਼ੈਨ ਦਾ ਇੱਕ ਕਬੂਤਰ ਨਹੀਂ ਹੈ ਬੈਠਾ ਵੇਖੀ ਜ਼ੈਨ ਸਾਹਿਬ ਅਸੀਂ ਇੱਥੇ ਬਹਿ ਗਏ ਆ ਤੁਹਾਡਾ ਕਬੂਤਰ ਨਹੀਂ ਇੱਥੇ ਬੈਂਦਾ ਕਿੱਥੇ ਕਿਉਂ ਨਹੀਂ ਬੈਂਦਾ ਅੱਗੇ ਕਬੂਤਰ ਬਹਿੰਦੇ ਆ ਮੈਂ ਵੇਖਿਆ ਮੈਂ ਇੱਥੇ ਆ ਕੇ ਟੀਟੀ ਪਾਪਾ ਕੀਤਾ ਤੇ ਸਾਰੇ ਤਾਂ ਡਾ ਰਹੇ ਨੇ ਮੈਂ ਚੰਗੇ ਬੈਠੇ ਹੋਏ ਬਾਬਾ ਜੀ ਇੱਥੇ ਬਹਿ ਕੇ ਫੂਕਾ ਮਾਰ ਰਹੇ ਨੇ ਕਿੱਥੇ ਫੂਕਾ ਮਾਰ ਰਹੇ ਨੇ ਸਾਰੇ ਕਬੂਤਰ ਥੱਲੇ ਲਿਆਉਂਦੇ ਆ ਹੁਣ ਇੱਥੇ ਬਹਿ ਤੈਨੂੰ ਕੋਈ ਕੰਮ ਤੇ ਨਹੀਂ ਨਾ ਹੁਣ ਕੋਈ ਨਹੀਂ ਬਾੜੀ ਕਿਨੇ ਫੇਰਨੀ ਮੱਝਾਂ ਸੋ ਚੱਲ ਉੱਠਦਾ ਨਹੀਂ ਲੈਟਰਿਨ ਨਾ ਕਿਨੇ ਸਾਫ਼ ਕਰਨੀਆਂ ਚੱਲ ਜੋ ਕੋਈ ਸੀਰੀਅਸ ਨਾ ਹੋਵੇ ਏਡਾ ਤੂੰ ਤੇ ਸੱਜੀਆਂ ਗੱਲਾਂ ਨਾ ਦੱਸਣ ਲੱਗ ਪਿਆ ਕਰ ਤੇ ਦੁਆ ਜ਼ੈਨ ਸਾਹਿਬ ਬਣਾਉਂਦੇ ਕਬੂਤਰ ਜੈਨ ਨਾ ਹੀ ਬਹਿਣ ਚੱਲੀ ਚੱਲੀ ਅਗਲੀ ਵੀਡੀਓ ਚ ਮਿਲ ਜਾਏਗੀ ਫਿਲਹਾਲ ਫਿਰ ਤੁਹਾਨੂੰ ਦੋ ਇਜਾਜ਼ਤ ਸਹੀ ਗੱਲ ਦੱਸਾਂ ਮੈਨੂੰ ਆਹੀ ਚੀ ਚੂ ਮੈਂ ਕਰ ਗਿਆ ਹੁੰਦਾ ਫਿਰ ਫਿਲਹਾਲ ਦੋ ਫਿਰ ਮੈਨੂੰ ਇਜਾਜ਼ਤ ਹੁਣ ਛਡਾ ਦਿੰਦੀ ਗਰੀ ਤੁਹਾਡੀ ਦੁਆਵਾਂ ਅੱਲਾ ਦੇ ਕਰਮ ਫਜ਼ਲ ਨਾਲ ਅਗਲੀ ਇਜਾਜ਼ਤ ਰਵਾਂਗਾ ਫਕੀਰਾਂ ਨਾਲ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਤੂੰ ਵੀ ਆ ਗਿਆ ਨਾਲ ਹੀ ਚੱਲ